ਸਤ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜਵਾਬ ਦੇ ਵਿੱਚ ਤੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੰਡੀਅਨ ਆਰਮੀ ਦੀ ਰੈਲੀ ਪ੍ਰਤੀਬਾਰੇ ਤੇ ਇਸ ਵਿੱਚ ਗੱਲ ਕਰਾਂਗੇ ਕਿ ਜਿਹੜੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਵਾਲੇ ਜੋ ਜ਼ਿਲ੍ਹੇ ਦਾ ਸਿਟੀ ਹਨ ਇਹਨਾਂ ਦੀ ਜੋ ਭਰਤੀ ਹੈ ਉਸ ਦੇ ਜੋ ਐਡਮਿਟ ਕਾਰਡ ਆ ਚੁੱਕੇ ਹਨ ਤੁਸੀਂ ਆਪਣੇ ਐਡਮਿਟ ਕਾਰਡ ਨੂੰ ਕਿਵੇਂ ਡਾਊਨਲੋਡ ਕਰ ਸਕਦੇ ਹੋ ਉਹ ਵੀਡੀਓ ਦੇ ਵਿੱਚ ਜਾਣੋਗੇ ਤੇ ਨਾਲ ਡਾਕੂਮੈਂਟੇਸ਼ਨ ਵੱਲੇ ਕੀ ਕੀ ਲੈ ਕੇ ਜਾਣਾ ਹੈ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣਾ ਹੈ ਭਰਤੀ ਵਾਲੇ ਦਿਨ ਉਹ ਤੁਸੀਂ ਵੀਡੀਓ ਦੇ ਵਿੱਚ ਜਾਣੋਗੇ ਤਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਚੱਲਦੇ ਹਾਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਜਿਵੇਂ ਕਿ ਪਤਾ ਹੀ ਹੋਵੇਗਾ ਕਿ ਕਾਫੀ ਟਾਈਮ ਤੋਂ ਪਹਿਲਾਂ ਜੋ ਫਾਰਮ ਭਰੇ ਗਏ ਸੀ ਉਸ ਤੋਂ ਬਾਅਦ ਤੁਹਾਡਾ ਰਿਟਰਨ ਐਗਜ਼ਾਮੀਨੇਸ਼ਨ ਲਿਆ ਗਿਆ ਸੀ ਰਿਟਰਨ ਐਗਜ਼ਾਮੀਨੇਸ਼ਨ ਤੋਂ ਹੁਣ ਤੁਹਾਡੇ ਜੋ ਰਨਿੰਗ ਹੈ ਉਹ ਜਿਵੇਂ ਕਿ ਜ਼ਿਲ੍ਹਾ ਵਾਈਜ਼ ਹੁੰਦੀ ਹੈ ਪਹਿਲਾਂ ਜੋ ਜਿਵੇਂ ਕਿ ਪਟਿਆਲਾ ਜਾਂ ਜਲੰਧਰ ਇਹਨਾਂ ਜ਼ਿਲ੍ਹਿਆਂ ਦੀ ਜੋ ਭਰਤੀ ਹੈ ਹੋ ਚੁੱਕੀ ਹੈ ਜੋ ਸਭ ਤੋਂ ਲਾਸਟ ਭਰਤੀ ਹੁੰਦੀ ਹੈ ਪਠਾਨਕੋਟ ਅਮਰੀਕ ਸਰ ਤੇ ਜੋ ਬਾਕੀ ਦੇ ਜ਼ਿਲ੍ਹੇ ਹਨ ਡੇਰਾ ਬਾਬਾ ਨਾਨਕ ਗੁਰਦਾਸਪੁਰ ਇਹਨਾਂ ਸਾਰਿਆਂ ਦੇ ਜ਼ਿਲ੍ਹਿਆਂ ਦੀ ਜੋ ਇਕੱਠੀ ਭਰਤੀ ਹੁੰਦੀ ਹੈ ਤੇ ਇਸ ਤੋਂ ਬਾਅਦ ਇਹਨਾਂ ਦੇ ਜੋ ਐਡਮਿਟ ਕਾਰਡ ਹਨ ਉਹ ਆ ਚੁੱਕੇ ਹਨ ਭਰਤੀ ਤੁਹਾਡੀ ਹੈ 3 ਨਵੰਬਰ ਨੂੰ ਤੇ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰਨਾ ਹੈ ਵੀਡੀਓ ਦੇ ਵਿੱਚ ਸਟੈਪ ਬਾਈ ਸਟੈਪ ਤੁਸੀਂ ਦੇਖਿਓ ਤੇ ਸਭ ਤੋਂ ਪਹਿਲਾਂ ਜੁਆਇਨ ਇੰਡੀਅਨ ਆਰਮੀ ਦੀ ਅਫੀਸ਼ੀਅਲ ਵੈਬਸਾਈਟ ਤੇ ਉੱਤੇ ਆ ਜਾਣਾ ਹੈ ਤੁਸੀਂ ਫੋਨ ਤੋਂ ਵੀ ਆਪਣੀ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ ਜਿਵੇਂ ਕਿ ਇੱਥੇ ਇੱਕ ਕੈਪਚਾ ਦਿਖਾਈ ਦੇ ਰਿਹਾ ਇਸ ਨੂੰ ਐਜ਼ ਇਟ ਇਜ਼ ਹੀ ਇੱਥੇ ਭਰ ਦੇਣਾ ਹੈ ਤੇ ਕੈਪਚਾ ਨੂੰ ਭਰਨ ਤੋਂ ਬਾਅਦ ਐਂਟਰ ਵੈਬਸਾਈਟ ਦੇ ਉੱਤੇ ਕਲਿੱਕ ਕਰ ਦੇਣਾ ਹੈ ਤੇ ਇੱਥੇ ਤੁਹਾਡਾ ਇੱਕ ਨਵਾਂ ਪੇਜ ਓਪਨ ਹੋ ਜਾਵੇਗਾ ਇੱਥੇ ਤੁਸੀਂ ਕਲਿੱਕ ਕਰਨਾ ਹੈ ਜੀ ਲੌਗਇਨ ਉੱਤੇ ਲੌਗਇਨ ਤੇ ਕਲਿੱਕ ਕਰਨਾ ਜਿਵੇਂ ਕਿ ਅਗਨੀਪਥ ਸਕੀਮ ਆ ਰਹੀ ਹੈ ਇਸ ਦੇ ਉੱਤੇ ਕਲਿੱਕ ਕਰਨਾ ਹੈ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਇਹ ਜੋ ਫਾਰਮ ਭਰਿਆ ਹੋਵੇਗਾ ਜੇਕਰ ਤੁਸੀਂ एलिਜੀਬਲ ਹੋ ਰਨਿੰਗ ਵਾਸਤੇ ਤਾਂ ਤੁਹਾਡੇ ਈਮੇਲ ਉੱਤੇ ਵੀ ਮੈਸੇਜ ਆਇਆ ਹੋਵੇਗਾ ਕਿ ਤੁਹਾਡਾ ਜੋ ਐਡਮਿਟ ਕਾਰਡ ਹੈ ਤਿੰਨ ਤਰੀਕ ਦੇ ਦੁਆਰਾ ਸ਼ੋ ਹੋ ਜਾਵੇਗਾ ਤੁਸੀਂ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ ਉਸ ਨੂੰ ਤੇ ਈਮੇਲ ਤੇ ਇੱਕ ਇੰਟੀਮੇਸ਼ਨ ਜੋ ਲੈਟਰ ਮਿਲ ਜਾਂਦਾ ਹੈ ਕੈਂਡੀਡੇਟ ਨੂੰ ਤੇ इतने आप जो करा अग्निपथ स्कीम के उ क्लिक तो जो कि लॉग इन का ऑप्शन आवेगा उस देवते क्लिक करना है तो इतने दोस्तों जो असूजर नेम ਜੋ ਇੱਥੇ ਭਰ ਦਿੱਤਾ ਹੈ ਪਾਸਵਰਡ ਭਰ ਦਿੱਤਾ ਹੈ ਇਹ ਤੁਹਾਨੂੰ ਕਿੱਥੋਂ ਮਿਲਣਗੇ ਯੂਜ਼ਰ ਨੇਮ ਹੋਵੇਗਾ ਤੁਹਾਡੀ ਈਮੇਲ ਜਦੋਂ ਤੁਸੀਂ ਫਾਰਮ ਭਰੇ ਹੋਵੇਗਾ ਇੱਕ ਈਮੇਲ ਤੁਸੀਂ ਦਿੱਤੀ ਹੋਵੇਗੀ ਉਹੀ ਤੁਹਾਡਾ ਯੂਜ਼ਰ ਨੇਮ ਹੋਵੇਗਾ ਪਾਸਵਰਡ ਤੁਹਾਨੂੰ ਈਮੇਲ ਦੇ ਉੱਤੇ ਆਇਆ ਹੋਵੇਗਾ ਹੁਣ ਵੀ ਕਿਉਂਕਿ ਜਿਹੜੇ ਐਡਮਿਟ ਕਾਰਡ ਕੈਂਡੀਡੇਟ ਦੇ ਆ ਰਹੇ ਹਨ ਉਹਨਾਂ ਦੇ ਨਾਲੋਂ ਪਾਸਵਰਡ ਵੀ ਭੇਜ ਰਹੇ ਹਨ ਜੇਕਰ ਨਹੀਂ ਤੁਹਾਨੂੰ ਪਾਸਵਰਡ ਮਿਲ ਰਿਹਾ ਤਾਂ ਤੁਸੀਂ ਫੋਰਗਟ ਵੀ ਕਰ ਸਕਦੇ ਹੋ ਤੇ ਜਦੋਂ ਤੁਸੀਂ ਫਾਰਮ ਭਰੇ ਹੋਵੇਗਾ ਉਦੋਂ ਵੀ ਤੁਹਾਨੂੰ ਇੱਕ ਪਾਸਵਰਡ ਤੁਹਾਨੂੰ ਆਇਆ ਹੋਵੇਗਾ ਉਹੀ ਪਾਸਵਰਡ ਇੱਥੇ ਲੱਗਣਾ ਹੈ ਜੇਕਰ ਤੁਹਾਨੂੰ ਫਿਰ ਵੀ ਨਹੀਂ ਪਤਾ ਲੱਗੇਗਾ ਤੁਸੀਂ ਕ मैं इसका जल्दी ही रिप्लाई कर देवगा उस तो बाद उसी कैप्चा कोड भर देना है एज इट इज़ ही तो उस बाद असं करोंगे इतने थले लॉग इन देख सकते हो सक्सैसफुल लॉगइन हो चुका है तो एडमिट कार्ड किमें डाउनलोड करना है इतने जो ऑप्शन आ रहा है लैफ्ट साइड के उ रैली एडमिट कार्ड एक नव पेज ओपन हो जाएगा तो भर्ती कितने होगी वो वैन्यू भी इतने होगा तो इतने तुम्हें जो क्लिक करना है प्रिंट वाले ऑप्शन के उ जिमें कि इतने जो दिखाई दे रहा है ਇੱਥੇ ਤੁਸੀਂ ਕਲਿੱਕ ਕਰ ਦੇਣਾ ਹੈ ਤੇ ਤੁਹਾਡਾ ਜੋ ਐਡਮਿਟ ਕਾਰਡ ਹੈ ਉਹ ਇੱਥੇ ਸਾਹਮਣੇ ਆ ਜਾਵੇਗਾ ਤੇ ਦੋਸਤੋ ਭਰਤੀ ਦਾ ਵੈਨਿਊ ਹੈ ਤਿਬੜੀ ਮਿਲਟਰੀ ਸਟੇਸ਼ਨ ਦੇ ਉੱਤੇ ਜੋ ਕਿ ਗੁਰਦਾਸਪੁਰ ਦੇ ਵਿੱਚ ਹੈ ਤੇ ਡੇਟ ਐਂਡ ਟਾਈਮ ਆਫ ਰਿਪੋਰਟਿੰਗ 3 ਤਰੀਕ ਨੂੰ ਤੁਹਾਡੀ ਰਨਿੰਗ ਹੋਣ ਵਾਲੀ ਹੈ ਤੇ 3 ਵਜੇ ਤੁਹਾਨੂੰ ਇੱਥੇ ਰਿਪੋਰਟ ਕਰਨੀ ਹੈ ਸਵੇਰ ਦੇ 3 ਵਜੇ ਤੇ ਅਗਨੀਵੀਰ ਜੀਡੀ ਦਾ ਜੋ ਫਾਰਮ ਭਰਿਆ ਹੈ ਕੈਂਡੀਡੇਟ ਨੇ ਇੱਥੇ ਕੈਂਡੀਡੇਟ ਦੀ ਬਾਕੀ ਡਿਟੇਲ ਆ ਜਾਵੇਗੀ ਤੇ ਇੱਥੇ ਜੋ ਬਾਕੀ ਡਿਟੇਲ ਕੈਂਡੀਡੇਟ ਦੀ ये देख चुके हो कि एडमिट कार्ड किमें डाउनलोड करना है हूँ थले जो एडमिट कार्ड प्रिंट करवाना है वो कितों डाउनलोड करना है वो तुम थलो इतने क्लिक करोगे जिमें कि इतने है ऑप्शन टू पी डी एफ ऑफ एडमिट कार्ड ये एडमिट कार्ड प्रिंट नहीं होगा सिर्फ इतों ही तो एडमिट कार्ड जो प्रिंट होना है इस पी डी एफ के उत्ते क्लिक करना है ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਪਾਸਵਰਡ ਵਾਲਾ ਆਪਸ਼ਨ ਆਵੇਗਾ ਕਿ ਇੱਥੇ ਉਸੇ ਪਾਸਵਰਡ ਕੀ ਭਰੀਏ ਤਾਂ ਪਾਸਵਰਡ ਇੱਥੇ ਭਰਨਾ ਹੈ ਤੁਹਾਡੀ ਈਮੇਲ ਉਹ ਵੀ ਛੋਟੇ ਅੱਖਰਾਂ ਦੇ ਵਿੱਚ ਤੁਸੀਂ ਪਾਸਵਰਡ ਨੂੰ ਇੱਥੇ ਭਰ ਦੇਣਾ ਹੈ ਜੋ ਕਿ ਤੁਹਾਡੀ ਈਮੇਲ ਹੈ ਤੇ ਫਿਰ ਉਸ ਨੂੰ ਓਪਨ ਕਰ ਦੇਣਾ ਹੈ ਪਾਸਵਰਡ ਭਰ ਕੇ ਓਪਨ ਕਰ ਦੇਣਾ ਹੈ ਤੁਹਾਡੇ ਸਾਹਮਣੇ ਤੁਹਾਡਾ ਐਡਮਿਟ ਕਾਰਡ ਆ ਜਾਵੇਗਾ ਤੇ ਇਹ ਫਿਜ਼ੀਕਲ ਵਾਸਤੇ ਐਡਮਿਟ ਕਾਰਡ ਹੈ ਜੋ ਕਿ ਜੋ ਡਿਟੇਲ ਤੁਹਾਨੂੰ ਪਹਿਲੇ ਦੱਸੀ ਸੀ ਉਹੀ ਡਿਟੇਲ ਇੱਥੇ ਹੋਵੇਗੀ ਬਟ ਇਹ ਤੁਹਾਡਾ ਜੋ ਪੀਡੀਐਫ ਦੇ ਰੂਪ ਵਿੱਚ ਤੁਹਾਡਾ ਐਡਮਿਟ ਕਾਰਡ ਡਾਊਨਲੋਡ ਹੋ ਜਾਵੇਗਾ ਹੁਣ ਗੱਲ ਕਰਾਂਗੇ ਕਿ ਤੁਸੀਂ ਨਾਲ ਡਾਕੂਮੈਂਟ ਕੀ ਕੀ ਲੈ ਕੇ ਜਾਣੇ ਹਨ ਫੋਟੋ ਕਿੰਨੀਆਂ ਲੈ ਕੇ ਜਾਣੀਆਂ ਹਨ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਸਾਰੇ オリジナル ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣੇ ਹਨ ਜਿਵੇਂ ਕਿ ਤੁਹਾਡਾ ਸਭ ਤੋਂ ਪਹਿਲਾ ਜੀ ਹੋਵੇਗਾ ਐਡਮਿਟ ਕਾਰਡ ਜੋ ਕਿ 컬러 ਫੋਟੋਗ੍ਰਾਫ ਜੋ ਤੁਸੀਂ ਐਡਮਿਟ ਕਾਰਡ ਨਿਕਲਵਾ ਲੈਣਾ ਹੈ ਉਸ ਨੂੰ ਲੈ ਕੇ ਜਾਣਾ ਹੈ ਭਰਤੀ ਵਾਲੇ ਦਿਨ ਆਪਣਾ 10ਵੀਂ ਦਾ +2 ਦਾ オリジナル ਡਾਕੂਮੈਂਟ ਇਹਨਾਂ ਦੇ ਨਾਲ-ਨਾਲ ਇਹਨਾਂ ਸਾਰਿਆਂ ਦੀ 2 ਜਾਂ 3-3 ਤੁਸੀਂ ਫੋਟੋ ਕਾਪੀ ਕਰਵਾ ਲੈਣੀ ਹਨ ਇਹਨਾਂ ਸਾਰਿਆਂ ਡਾਕੂਮੈਂਟ ਜਿਵੇਂ ਕਿ ਤੁਹਾਡਾ 10ਵੀਂ ਹੋ ਗਿਆ ਪਲੱਸ 2 ਹੋ ਗਿਆ ਰੈਜ਼ਿਡੈਂਸ ਹੋ ਗਿਆ ਕਾਸਟ ਸਰਟੀਫਿਕੇਟ ਹੋ ਗਿਆ ਨੋ ਕਲੇਮ ਅਨਮੈਰਿਡ ਕੈਰੈਕਟਰ ਸਰਟੀਫਿਕੇਟ ਸਕੂਲ ਦਾ ਜਾਂ ਪਿੰਡ ਦਾ ਤੇ ਜੋ ਤੁਹਾਡਾ ਆਈਟੀਆਈ ਹੋਵੇਗਾ ਜਾਂ ਫਿਰ ਐਨਸੀਸੀ ਦਾ ਸਰਟੀਫਿਕੇਟ ਹੋਵੇਗਾ ਉਹ ਤੁਸੀਂ ਸਾਰੇ ਇੱਥੇ origignal ਪਲੱਸ ਫੋਟੋ ਕਾਪੀਆਂ ਨਾਲ ਲੈ ਕੇ ਜਾਣਾ ਹੈ ਤੇ ਫੋਟੋਆਂ ਕਿੰਨੀਆਂ ਲੱਗਣਗੀਆਂ ਜੀ ਫੋਟੋਆਂ ਤੁਹਾਡੀਆਂ ਇੱਥੇ 15 ਫੋਟੋਆਂ ਵਾਸਤੇ ਇਹਨਾਂ ਨੇ ਬੋਲਿਆ ਗਿਆ ਹੈ ਜਿਵੇਂ ਕਿ 15 ਫੋਟੋਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ ਮਿਨੀਮਮ 15 ਕਾਪੀ ਆਫ ਲੇਟੈਸਟ ਫੋਟੋਗ੍ਰਾਫ ਆ ਸਾਈਜ਼ ਪਾਸਪੋਰਟ ਸਾਈਜ਼ ਦੀਆਂ ਇੰਨੀਆਂ ਫੋਟੋ ਹੋਣੀ ਚਾਹੀਦੀਆਂ ਨੇ 15 ਉਸ ਦੇ ਨਾਲ ਨਾਲ ਤੁਹਾਡਾ origignal ਆਧਾਰ ਕਾਰਡ ਤੇ ਆਧਾਰ ਕਾਰਡ ਦੀ ਜੋ ਫੋਟੋਕਾਪੀ ਵੀ ਤੁਸੀਂ ਨਾਲ ਲੈ ਕੇ ਜਾਣੀ ਹੈ ਉਸ ਦੇ ਨਾਲ ਤੁਹਾਡਾ ਐਫੀਡੇਵਿਟ ਜੋ ਸਰਟੀਫਿਕੇਟ ਹੁੰਦਾ ਹੈ ਜੋ ਕਿ ਐਡਮਿਟ ਕਾਰਡ ਤੇ ਵੀ ਹੋਵੇਗਾ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਡਾਊਨਲੋਡ ਕਰਨਾ ਹੈ ਐਫੀਡੇਵਿਟ ਉਸ ਨੂੰ ਵੀ ਤੁਸੀਂ ਨਿਕਲਵਾ ਲੈਣਾ ਹੈ ਉਹ ਵੀ ਤੁਸੀਂ ਨਾਲ ਲੈ ਕੇ ਜਾਣਾ ਹੈ ਗੁੱਡ ਕੁਆਲਿਟੀ ਆਫ ਲੇਜ਼ਰ ਪ੍ਰਿੰਟਰ ਐਡਮਿਟ ਕਾਰਡ ਤੇ ਉਸ ਨਾਲ ਲੈ ਕੇ ਜਾਣਾ ਹੈ ਦੇਖ ਸਕਦੇ ਹੋ ਕਿ ਕਲਰ ਪ੍ਰਿੰਟਰ ਜੋ ਤੁਹਾਡਾ ਐਡਮਿਟ ਕਾਰਡ ਹੋਣਾ ਚਾਹੀਦਾ ਹੈ डू नॉट फोल्ड एडमिट कार्ड अपने एडमिट कार्ड को ਤੁਸੀਂ ਫੋਲਡ ਨਹੀਂ ਕਰੋਗੇ ਇਹ ਇਥੇ ਇਨਸਟਰਕਸ਼ਨ ਦੱਸੀ ਗਈ ਹੈ ਤੇ ਉਸ ਤੋਂ ਬਾਅਦ ਥੱਲੇ ਇਥੇ ਤੁਸੀਂ ਡੇਟ ਲਿਖ ਦੇਣੀ ਹੈ ਜਦੋਂ ਤੁਹਾਡੀ ਭਰਤੀ ਹੋਵੇਗੀ 3 11 2023 ਪਲੇਸ ਤੇ ਇਥੇ ਪਲੇਸ ਲਿਖ ਦੇਣੀ ਹੈ ਕੋਈ ਵੀ ਗੁਰਦਾਸਪੁਰ ਹੋਵੇਗਾ ਜਾਂ ਤਿਬੜੀ ਮਿਲਟਰੀ ਸਟੇਸ਼ਨ ਜੋ ਵੀ ਹੋਵੇਗਾ ਸਿਗਨੇਚਰ ਕੈਂਡੀਡੇਟ ਇਥੇ ਤੁਹਾਡੇ ਸਿਗਨੇਚਰ ਹੋਣਗੇ ਉਹ ਤੁਸੀਂ ਇੱਥੇ ਕਰਦੇ ਨੇ ਹਨ ਤੇ ਇਹੀ ਇਨਸਟਰਕਸ਼ਨ ਨੇ ਜੋ ਤੁਸੀਂ ਨਾਲ ਲੈ ਕੇ ਜਾਣੇ ਹਨ ਜੋ ਤੁਸੀਂ ਡਾਕੂਮੈਂਟ ਹਨ ਉਹ ਦੇਖ ਸਕਦੇ ਹੋ ਕੋਈ ਵੀ ਤੁਹਾਨੂੰ ਇੱਥੇ ਇਨਸਟਰਕਸ਼ਨ ਦਾ ਪਤਾ ਨਹੀਂ ਚੱਲ ਰਿਹਾ ਕਿ ਅਸੀਂ ਕੀ ਕੀ ਹੋਰ ਚੀਜ਼ਾਂ ਨਾਲ ਲੈ ਕੇ ਜਾਣੇ ਹਨ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੇ ਆਈ ਹੋਪ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਅਸੀਂ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰਨਾ ਹੈ ਦੱਸਣਾ ਚਾਹਾਂਗਾ ਕਿ ਐਫੀਡੇਵਿਟ ਹੈ ਜੋ ਕਿ ਭਰਤੀ ਵਾਲੇ ਦਿਨ ਤੁਸੀਂ ਕਿਵੇਂ ਜੋ ਲੈ ਕੇ ਜਾਣਾ ਹੈ ਕੀ ਇਹਦੇ ਵਿੱਚ ਜੋ ਡਿਟੇਲ ਹੈ ਉਹ ਤੁਸੀਂ ਭਰਨੀ ਹੈ ਜਿਵੇਂ ਕਿ ਇੱਥੇ ਐਫੀ ਡਿਫੈਲਟ ਦਾ ਆਪਸ਼ਨ ਆ ਰਿਹਾ ਹੈ ਇਸ ਉੱਤੇ ਤੁਸੀਂ ਕਲਿੱਕ ਕਰ ਦੇਣਾ ਹੈ ਸਿੰਪਲੀ ਤੇ ਐਫੀ ਡਿਫੈਲਟ ਤੁਹਾਡੇ ਸਾਹਮਣੇ ਸ਼ੋ ਹੋ ਜਾਣਗੇ ਜੇਕਰ ਤੁਸੀਂ ਪਹਿਲੀ ਵਾਰ ਥੀ ਦੇਖੀ ਹੋਵੇਗੀ ਤਾਂ ਇੱਥੇ ਇੱਕ ਹੀ ਹੋਵੇਗਾ ਜੇਕਰ ਤੁਹਾਡੀ ਤੀਜੀ ਚੌਥੀ ਭਰਤੀ ਹੋਵੇਗੀ ਤਾਂ ਇਹ ਤੁਹਾਡੀ ਪਿਛਲੀ ਭਰਤੀਆਂ ਦਾ ਜੋ ਡਿਟੇਲ ਹੈ ਜੋ ਤੁਸੀਂ ਐਫੀ ਡਿਫੈਲਟ ਹੈ ਉਹ ਸਭ ਤੋਂ ਉਤਲਾ ਹੀ ਜੋ ਇਸ ਦੇ ਉੱਤੇ ਕਲਿੱਕ ਕਰਨਾ ਹੈ ਉਹ ਹੀ ਡਾਊਨਲੋਡ ਹੋ ਜਾਵੇਗਾ ਤੇ ਇੱਥੇ ਦੇਖ ਸਕਦੇ ਹੋ ਇੱਥੇ ਕੈਂਡੀਡੇਟ ਦਾ ਨਾਮ ਹੋਵੇਗਾ ਇੱਥੇ ਤੁਸੀਂ ਫੋਟੋ ਲਗਾਣੀ ਹੈ ਆਪਣੀ ਤੇ ਇੱਥੇ ਤੁਸੀਂ ਕਾਸਟ ਭਰ ਦੇਣੀ ਹੈ ਸਬ ਕਾਸਟ ਭਰ ਦੇਣੀ ਹੈ ਤੇ ਇਹ ਕੈਂਡੀਡੇਟ ਦਾ ਜੋ ਐਡਰੈਸ ਦੀ ਡਿਟੇਲ ਹੋਵੇਗੀ ਤੇ ਇੱਥੇ ਤੁਸੀਂ ਡਿਟੇਲ ਭਰਨੀ ਹੈ ਕਿ ਤੁਸੀਂ ਪਿਛਲੇ 5 ਸਾਲਾਂ ਤੋਂ ਕੋਈ ਜਿਵੇਂ ਕਿ ਪਲੇਸ ਬਦਲਿਆ ਹੈ ਜਾਂ ਤੁਸੀਂ ਪਹਿਲਾਂ ਕਿੱਥੇ ਹੋ ਰਹੇ ਸੀ ਜਾਂ ਹੋ ਰਹੇ ਹੋ ਉੱਥੇ ਜੇਕਰ ਤੁਸੀਂ ਕੋਈ ਵੀ ਪਲੇਸ ਨਹੀਂ ਬਦਲਿਆ ਤਾਂ ਤੁਸੀਂ ਇੱਕ ਹੀ ਐਡਰੈਸ ਭਰ ਦੇਣਾ ਹੈ ਇੱਕ ਕਾਲਮ ਦੇ ਵਿੱਚ ਉਸ ਤੋਂ ਬਾਅਦ ਥੱਲੇ ਕੀ ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਹੈ ਇੱਥੇ ਸਾਰਿਆਂ ਦੇ ਵਿੱਚ ਤੁਸੀਂ 9 9 ਲਿਖ ਦੇਣਾ ਹੈ ਤੇ ਕੌਨਸੋਨੈਂਟ ਸਰਟੀਫਿਕੇਟ ਜੋ ਇੱਥੇ ਤੁਹਾਡੇ ਸਿਗਨੇਚਰ ਆਫ ਫਾਦਰ ਦੇ ਹੋਣਗੇ ਤੇ ਇੱਥੇ ਤੁਹਾਡੀ ਡਿਟੇਲ ਭਰੀ ਜਾਵੇਗੀ ਤੇ ਇਸ ਦੇ ਬਾਅਦ ਇਹ ਪੁੱਛ ਰਿਹਾ ਹਨ ਕਿ ਆਈ ਏਮ ਅਟੈਂਡਿੰਗ ਦੀ ਥਿਸ ਰਿਕਰੂਟਮੈਂਟ ਰੈਲੀ ਬੇਸਡ ਔਨ ਦੀ ਨੇਟਿਵਿਟੀ ਡੋਮਿਸਾਈਲ ਸਰਟੀਫਿਕੇਟ ਇਸ਼ੂਡ ਬਾਈ ਡੋਮਿਸਾਈਲ ਸਰਟੀਫਿਕੇਟ ਤੁਹਾਡਾ ਇਸ਼ੂ ਕਿੱਥੋਂ ਆਇਆ ਸੀ ਤਹਿਸੀਲਦਾਰ ਕੋਲ ਤੇ ਕਿਹੜੀ ਸਟੇਟ ਵੱਲੋਂ ਤੇ ਇੱਥੇ ਦੇਖ ਸਕਦੇ ਹੋ ਇੱਥੇ ਤੁਸੀਂ ਜੋ ਆਪਣਾ ਰੈਜ਼ਿਡੈਂਸ ਸਰਟੀਫਿਕੇਟ ਹੈ ਉਹਦਾ ਸਰਟੀਫਿਕੇਟ ਨੰਬਰ ਕਦੋਂ ইস্যੂ ਹੋਇਆ ਸੀ ਵੈਲਿਡਿਟੀ ਕਿੰਨੀ ਹੈ ਤੇ ਕਿਸ ਨੇ ਤੁਹਾਨੂੰ ਜਾਰੀ ਕੀਤਾ ਸੀ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਉਹ ਤੁਸੀਂ ਇੱਥੇ ਲਿਖ ਦੇਣਾ ਹੈ ਉਸ ਤੋਂ ਬਾਅਦ ਡਿਟੇਲ ਆਫ ਡੋਮਿਸਾਈਲ ਸਰਟੀਫਿਕੇਟ ਹੈਲਡ ਬਾਈ ਇਨ ਪਾਸਟ ਆਰ ਸਟੈਂਡਰਡ ਬਿਲੋ ਇੱਥੇ ਕੋਈ ਵੀ ਜੇਕਰ ਤੁਹਾਨੂੰ ਡਿਟੇਲ ਨਹੀਂ ਪਤਾ ਚੱਲ ਰਹੀ ਤਾਂ ਤੁਸੀਂ ਕੋਈ ਵੀ ਨਹੀਂ ਭਰਨੀ ਭਰਤੀ ਵਾਲੇ ਦਿਨ ਤੁਸੀਂ ਇੱਥੇ ਭਰ ਸਕਦੇ ਹੋ ਤੇ ਇੱਥੇ ਪੁੱਛ ਰਿਆ ਨੇ ਕਿ ਤੁਸੀਂ ਜੋ ਭਰਤੀਆਂ ਕਿੰਨੀਆਂ ਦੇਖੀਆਂ ਨੇ ਪਿਛਲੀ ਜੋ ਕੋਈ ਭਰਤੀ ਹੈ ਦੇਖੀ ਹੈ ਜਾਂ ਨਹੀਂ ਦੇਖੀ ਹੈ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਉਸ ਦੀ ਡਿਟੇਲ ਬਾਰੇ ਤੇ ਸਿਗਨੇਚਰ ਆਫ ਨੋਟੀ ਨੋਟਰੀ ਤੇ ਇਹ ਜੋ ਸਿਗਨੇਚਰ ਹੈ ਤੁਹਾਡੇ ਕਚੈਰੀਆਂ ਹੁੰਦੇ ਹਨ ਜੋ ਕਚੈਰੀ ਜਾ ਕੇ ਨੋਟਰੀ ਦਾ ਸਾਈਨ ਤੁਸੀਂ ਕਰਵਾ ਲੈਣੇ ਹਨ ਤੇ ਇੱਥੇ ਕੈਂਡੀਡੇਟ ਦੇ ਸਾਈਨ ਹੋਣੇ ਹਨ ਬਸ ਇੰਨੀ ਡਿਟੇਲ ਹੈ ਜੋ ਤੁਸੀਂ ਇੱਥੇ ਭਰਨੀ ਹੈ ਤੇ ਦੋਸਤੋ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈਨ ਜਵਾ